ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਯੂਟਿਊਬ ਚੈਨਲ ਝੱਜ ਐਗਰੀਕਲਚਰ 'ਤੇ। ਬਹੁਤ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਚਰੀ 'ਤੇ ਇੱਕ ਵੀਡੀਓ ਬਣਾਈ ਜਾਵੇ, ਜਿਹੜੀ ਕਿ ਆਪਾਂ ਕਣਕ ਤੋਂ ਬਾਅਦ ਬਿਜਾਈ ਕਰੀ ਸੀ ਚਰੀ ਦੀ। ਇਹ ਆਪਾਂ ਐਡਵਾਂਟਾ ਕੰਪਨੀ ਦੀ ਬਰਗਾਈ ਸਾਰਗੋ ਦੀ ਬਿਜਾਈ ਕਰੀ ਸੀ। ਆਪਾਂ ਨੇ 2 ਸਾਲ ਪਹਿਲਾਂ ਵੀ ਇਹਦਾ ਸੈਰਜ ਪਾਇਆ ਸੀ, 2 ਕਿੱਲਿਆਂ ਦਾ ਵਧੀਆ ਰਿਹਾ, ਅਤੇ ਇਸ ਵਾਰੀ ਆਪਣੇ ਕੋਲ 1 ਕਿੱਲਾ ਇਹਦਾ ਫੇਰ ਹੈਗਾ ਸੈਲਜ ਦੇ ਲਈ। ਅਤੇ ਇਹਦਾ ਜਿਹੜਾ ਰਿਸਪੋਂਸ ਆ ਦੋਸਤੋ, ਬਹੁਤੇ ਕਿਸਾਨ ਭਰਾਵਾਂ ਨੂੰ ਚੰਗਾ ਮਿਲ ਰਿਹਾ, ਕਈਆਂ ਨੂੰ ਮੰਦਾ ਮਿਲ ਰਿਹਾ। ਅੱਜ ਦੀ ਵੀਡੀਓ ਵਿੱਚ ਆਪਾਂ ਕਲੀਅਰ ਕਰ ਦਾਂਗੇ ਵੀ ਚੰਗੇ ਮੰਦੇ ਦੇ ਕਾਰਨ ਕੀ ਨੇ। ਅਤੇ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਇਹ ਚਰੀ ਦੇਖ ਲਓ, ਆਪਣੀ ਇਹ 23 ਅਪ੍ਰੈਲ ਦੀ ਬਿਜਾਈ ਆ, ਅਤੇ ਅੱਜ 27 ਮਈ ਹੋ ਚੁੱਕੀ ਆ, ਅਤੇ ਇਹਦੀ 33-34 ਦਿਨਾਂ ਦੀ ਉਮਰ ਆ। 33 ਦਿਨਾਂ ਦੇ ਵਿੱਚ ਦੇਖ ਲਓ ਵੀ ਇਹਨੇ ਇੰਨੀ ਕੁ ਵਧੀਆ ਗਰੋਥ ਕਰ ਲਈ ਆ, ਅਤੇ ਤਕਰੀਬਨ ਜਿਹੜੀ ਇਹ ਗਰੋਥ ਆ 33 ਦਿਨਾਂ ਦੀ ਠੀਕ ਆ, ਕੋਈ ਬਾਹਲੀ ਜ਼ਿਆਦਾ ਵੀ ਨਹੀਂ ਮੈਂ ਇਹਨੂੰ ਕਹਾਂਗਾ, ਅਤੇ ਮੈਂ ਕੋਈ ਬਾਹਲੀ ਇਹਦੀ ਸੰਭਾਲ ਵੀ ਨਹੀਂ ਕਰੀ ਹੈਗੀ ਵੀ ਇਹਦੇ 'ਤੇ ਆਪਾਂ ਜ਼ੋਰ ਲਾ ਦਈਏ। ਅਤੇ ਆਪਣੀ ਮੱਕੀ ਦੀ ਬਿਜਾਈ ਕੀਤੀ ਹੋਈ ਆ, ਅਤੇ ਮੱਕੀ ਦੇ ਵੀ ਕੱਦ ਇੰਨਾ ਹੀ ਆ, ਕੱਦ ਮੱਕੀ ਦਾ ਵੀ ਇੰਨਾ ਹੀ ਆ, ਚਰੀ ਦਾ ਵੀ ਇੰਨਾ ਹੀ ਆ, ਦੋਨਾਂ ਦੀ ਬਿਜਾਈ ਵੀ 1 ਦਿਨ ਦੀ ਆ। ਅਤੇ ਪਰ ਜਿਹੜਾ ਇਹਦੇ 'ਤੇ ਸਾਂਭ ਸੰਭਾਲ 'ਤੇ ਖਰਚ ਆ ਰਿਹਾ ਬਹੁਤ ਘੱਟ ਆ ਰਿਹਾ, ਜਿਹੜਾ ਜ਼ਿਆਦਾ ਫਾਇਦਾ ਨਾ ਦੋਸਤੋ ਸਾਂਭ ਸੰਭਾਲ ਦਾ, ਉਹ ਖਰਚਾ ਘੱਟ ਆ ਰਿਹਾ। ਅਤੇ ਜਿਹੜੇ ਹੁਣ ਤੱਕ ਜੇਕਰ ਮੈਂ ਇਹਦੇ ਵਿੱਚ ਯੂਰੀਏ ਦੀ ਗੱਲ ਕਰਾਂ, ਤਾਂ ਇਹਨੂੰ ਸਿਰਫ 2 ਯੂਰੀਏ ਲਗਾਏ ਗਏ ਨੇ ਹੁਣ ਤੱਕ। 2 ਯੂਰੀਆਂ ਦੇ ਨਾਲ ਇਹਦਾ ਇੰਨਾ ਸੋਹਣਾ ਆਪਾਂ ਨੂੰ ਰਿਜ਼ਲਟ ਮਿਲ ਰਿਹਾ। ਅਤੇ ਹੁਣ ਆਪਾਂ 3ਰਾ ਯੂਰੀਆ ਦੋਸਤੋ ਇਹ 'ਤੇ ਸਪਰੇਅ ਕਰਾਂਗੇ ਨੈਨੋ ਯੂਰੀਏ ਦੀ। ਹੁਣ ਅੱਜ ਇਹ 33 ਦਿਨਾਂ ਦੀ ਹੋ ਚੁੱਕੀ ਆ, 33-34 ਦਿਨਾਂ 'ਤੇ ਆਪਾਂ ਨੈਨੋ ਯੂਰੀਏ ਦੀ ਸਪਰੇਅ ਕਰਾਂਗੇ, ਅਤੇ ਇੱਕ ਕਰਾਂਗੇ ਡੈਲੀਗੇਟ ਦੀ ਸਪਰੇਅ, ਕਿਉਂਕਿ ਕਿਤੇ ਨਾ ਕਿਤੇ ਇਹਦੇ ਵਿੱਚ ਹਾਲੇ ਗੋਹ ਵਾਲੀ ਸੁੰਡੀ ਹੈਗੀ ਆ, ਮਰੀ ਨਹੀਂ ਹੈਗੀ। ਅਤੇ ਇਹਦੇ 'ਤੇ ਨਾ ਦੋਸਤੋ ਗੋਹ ਵਾਲੀ ਸੁੰਡੀ ਦੇ ਹਮਲੇ ਪਹਿਲਾਂ ਬਹੁਤ ਜ਼ਿਆਦਾ ਹੋ ਰਹੇ ਸੀ। ਜਿਹੜੇ ਕਿਸਾਨ ਭਰਾਵਾਂ ਦੀ ਬਿਜਾਈ ਕੀਤੀ ਹੋਈ ਆ ਉਹ ਗੱਲ ਧਿਆਨ 'ਚ ਰੱਖਣਾ। ਅਤੇ ਇੱਕ ਆਪਾਂ ਨੇ ਫਿਪਰੋਨਿਲ ਸਾਲਟ ਦਾ ਵੀ ਤੁਹਾਨੂੰ ਦੱਸਿਆ ਸੀ, ਫਿਪਰੋਨਿਲ ਸਾਲਟ ਕਰਿਆ ਸੀ, ਉਹ ਤੁਰੰਤ ਮਾਰ ਦਿੰਦਾ ਆ, ਪਰ ਉਹਦਾ ਅਸਰ 5-1 ਦਿਨ ਹੁੰਦਾ ਆ। ਅਤੇ ਆਪਾਂ ਨੂੰ 7-1 ਦਿਨ ਹੋ ਚੁੱਕੇ ਨੇ ਉਹ ਫਿਪਰੋਨਿਲ ਮਾਰੇ ਹੋਏ ਨੂੰ, ਉਹਦਾ ਵੀ ਵਧੀਆ ਰਿਜ਼ਲਟ ਮਿਲਿਆ। ਪਰ ਕਿਤੇ ਨਾ ਕਿਤੇ ਹਾਲੇ ਵੀ ਸੁੰਡੀ ਹੈਗੀ ਆ, ਉਹਨੇ ਐਵੇਂ ਕਰਤੇ ਬੂਟੇ, ਕਿਤੇ ਨਾ ਕਿਤੇ ਗਰੋਥ ਜੀ ਰੋਕਤੀ ਆ, ਇਕੱਠੇ ਜੇ ਕਰਤੇ ਹੈ ਨਾ। ਅਤੇ ਦੋਸਤੋ ਇੱਕ ਨਾ ਇਹਦੇ ਵਿੱਚ ਕਈ ਕਿਸਾਨ ਭਰਾ ਪੁੱਛ ਰਹੇ ਸੀ ਚਿੱਟੀ ਮੱਖੀ ਆ ਰਹੀ ਆ, ਉਹ ਡੰਗ ਮਾਰਦੀ ਆ ਜਾਂ ਸੂਟ ਫਲਾਏ ਦੀ ਪ੍ਰੋਬਲਮ ਆ ਰਹੀ ਆ, ਅਤੇ ਉਹਦੇ ਲਈ ਦੋਸਤੋ ਤੁਸੀਂ ਥਾਇਆ ਦੀ ਸਪਰੇਅ ਕਰ ਸਕਦੇ ਹੋ, ਜਿਹੜੀ ਆਪਾਂ ਤੇਲੇ ਵਾਲੀ ਲਾਲ ਜੀ ਦਵਾਈ ਵਰਤਦੇ ਹੁੰਦੇ ਹਾਂ, ਉਹ ਤੁਸੀਂ 150 ml ਕਿੱਲੇ ਦੀ ਪਾ ਕੇ ਉਹ ਸਪਰੇਅ ਕਰ ਸਕਦੇ ਹੋ। ਅਤੇ ਇੱਕ ਦੋਸਤੋ ਆਪਾਂ ਇਹਦੇ ਵਿੱਚ DAP ਵੀ ਘੱਟ ਪਈ ਸੀ ਮੱਕੀ ਵਿੱਚ, ਜਿੱਥੇ ਕਿੱਲੇ ਦੇ ਵਿੱਚ 2 ਕੱਟੇ DAP ਦੇ ਪਾ ਰਹੇ ਹਾਂ ਨਾ ਬਿਜਾਈ ਟਾਈਮ, ਤਾਂ ਆਪਾਂ ਨੇ ਇਹਦੇ ਵਿੱਚ 1.25 ਕੱਟਾ ਹੀ DAP ਦਾ ਪਾਇਆ, ਕੁੱਲ ਤਕਰੀਬਨ 60 ਕਿੱਲੋ DAP 60-65 ਦੇ ਆਸ ਪਾਸ ਪੈ ਗਿਆ ਸੀ, 62 ਕਿੱਲੋ ਕਹਿ ਲਓ, ਚਾਹੇ 62 ਕਿੱਲੋ DAP ਆਪਾਂ ਨੇ ਖੇਤ ਦੇ ਵਿੱਚ ਬਿਜਾਈ ਟਾਈਮ ਕਿੱਲੇ ਦੇ ਵਿੱਚ ਪਾਇਆ। ਮੱਕੀ 'ਚ ਕਿੱਥੇ ਕੁਇੰਟਲ ਸਾਰਾ DAP ਪੈ ਜਾਂਦਾ ਆ। ਅਤੇ ਜਿਹੜਾ ਇਹਦਾ ਬੀਜ ਆਪਾਂ ਨੇ 1 ਏਕੜ ਦੇ ਵਿੱਚ ਕੰਪਨੀ ਵਾਲੇ 3 ਕਹਿੰਦੇ ਨੇ, ਕਿਉਂਕਿ ਆਪਣੇ ਤਜਰਬੇ ਆਪਣੇ ਨਾਲ ਨੇ, ਕੰਪਨੀ ਦੇ ਤਜਰਬੇ ਆਪਦੇ ਨਾਲ ਨੇ, ਆਪਾਂ ਬਹੁਤ ਘੱਟ ਬੀਜ ਪਾਇਆ, ਤਾਂ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਵੀ ਬੀਜ ਇੰਨਾ ਘੱਟ ਪਾਉਣ ਦੇ ਬਾਵਜੂਦ ਵੀ 2200 ਗ੍ਰਾਮ 2 ਕਿੱਲੋ ਇਹਦੇ ਵਿੱਚ ਬੀਜ ਪਾਉਣ ਦੇ ਬਾਵਜੂਦ ਵੀ ਬਥੇਰੀ ਸੰਘਣੀ ਖੜੀ ਆ, ਉਹ ਦੂਰ ਤੱਕ ਦੇਖ ਲਓ ਘੇਰਾ ਪੂਰਾ ਕਿੱਲੇ ਦਾ, ਇਹ 1 ਕਿੱਲਾ ਆਪਣੇ ਕੋਲ ਪੂਰਾ ਵਧੀਆ ਖੜਾ। ਅਤੇ ਆਪਾਂ ਇਹਦਾ ਸੈਲਜ ਸਾਰਾ ਅਲੱਗ ਪਾਉਣਾ, 1 ਕਿੱਲੇ ਦਾ ਵੱਖਰਾ ਪਿੱਟ ਤਿਆਰ ਕਰਕੇ ਪਹਿਲਾਂ ਵੀ ਅਲੱਗ ਪਾਇਆ ਸੀ, ਅਤੇ ਇਹਦੇ ਰਿਜ਼ਲਟ ਵਧੀਆ ਨੇ, ਕੋਈ ਮਾੜੇ ਨਹੀਂ ਹੈਗੇ। ਅਤੇ ਤੁਹਾਨੂੰ ਟੈਸਟਿੰਗ ਰਿਪੋਰਟ 'ਚ ਵੀ ਦਿਖਾ ਦੇਵਾਂਗੇ ਵੀ ਕੀ ਆਉਂਦਾ ਆ। ਬਾਕੀ ਗੱਲ ਰਹੀ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਵੀ ਇਹਦੇ ਵਿੱਚ ਜੀ ਪ੍ਰੋਟੀਨ ਨਹੀਂ ਹੈਗਾ, ਉਹ ਆਪਾਂ ਟੈਸਟ ਕਰਾਵਾਂਗੇ,
ਮੱਕੀ ਵਿੱਚ ਕਿੰਨਾ ਨਿਕਲਦਾ, ਇਹਦੇ ਵਿੱਚ ਕਿੰਨਾ ਨਿਕਲਦਾ, ਰਿਪੋਰਟਾਂ ਦੱਸਣੀਆਂ, ਮੈਂ ਵੀ ਨਹੀਂ ਦੱਸਦਾ ਹੈਗਾ ਵੀ ਕਿੰਨਾ ਪ੍ਰੋਟੀਨ ਆ ਉਹ। ਇਸ ਤੋਂ ਇਲਾਵਾ ਜਿਹੜੇ ਕਿਸਾਨ ਭਰਾ ਕਹਿੰਦੇ ਨੇ ਖਰਾਬ ਹੋ ਜਾਂਦੀ ਆ ਇਹਨੂੰ ਉੱਲੀ ਪੈਂਦੀ ਆ, ਦੇਖੋ ਜੀ ਉਹ ਤਾਂ ਮੱਕੀ ਦਾ ਅਚਾਰ ਵੀ ਹੋ ਜਾਂਦਾ। ਤੁਸੀਂ ਨੇ ਇੰਸਟਾਗ੍ਰਾਮ ਯੂਟਿਊਬ 'ਤੇ ਬਥੇਰੀਆਂ ਵੀਡੀਓ ਦੇਖੀਆਂ ਹੋਣਗੀਆਂ, ਪੱਲੜ ਚੱਕ ਚੱਕ ਕੇ ਦਿਖਾਉਂਦੇ ਨੇ ਲੋਕ, ਉਹਨਾਂ ਕੋਲ ਮੱਕੀ ਦਾ ਅਚਾਰ ਵੀ ਖਰਾਬ ਹੋ ਜਾਂਦਾ। ਖਰਾਬ ਹੋਣਾ ਹੋਇਆ ਮੱਕੀ ਦਾ ਵੀ ਹੋਜੂ ਇਹ ਵੀ ਹੋਜੂ, ਪਰ ਜਲਦੀ ਜਲਦੀ ਨਹੀਂ ਹੁੰਦੀ ਖਰਾਬ। ਜਿਹੋ ਜਿਹਾ ਮੱਕੀ ਦਾ ਅਚਾਰ ਆ ਉਹੋ ਜਿਹੀ ਅਚਾਰ ਇਹਦਾ ਆ, ਕੋਈ ਫਰਕ ਨਹੀਂ ਹੈਗਾ ਦੋਨਾਂ ਦੇ ਅਚਾਰਾਂ ਦੇ ਵਿੱਚ। ਇਹ ਸਮਾਂ 'ਤੇ ਇਹਦੇ ਵਿੱਚ ਸਟਾਰ ਐੱਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਹਦੇ ਵਿੱਚ ਪਾਣੀ ਜਾਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਆ। ਅਤੇ ਬਾਕੀ ਇੱਕ ਹੋਰ ਗੱਲ ਸਾਵਧਾਨੀ ਹੁੰਦੀ ਆ, ਇਹਨੂੰ ਜਦੋਂ ਆਪਾਂ ਨੇ ਇਹਦੀ ਵਾਢੀ ਕਰਨੀ ਆ ਅਚਾਰ ਪਾਉਣਾ ਆ, ਉਦੋਂ ਬਾਹਲਾ ਬਰੀਕ ਨਹੀਂ ਅਚਾਰ ਪਵਾਉਣਾ ਹੈਗਾ ਅਤੇ ਬਾਹਲਾ ਜ਼ਿਆਦਾ ਮੋਟਾ ਨਹੀਂ ਪਾਉਣਾ। ਉਹ ਚੀਜ਼ਾਂ ਧਿਆਨਯੋਗ ਹੁੰਦੀਆਂ ਨੇ, ਆਪਾਂ ਬਲੌਗ ਦੇ ਰਾਹੀਂ ਤੁਹਾਨੂੰ ਸਾਰਾ ਦੱਸ ਦੇਵਾਂਗੇ। 23 ਅਪ੍ਰੈਲ ਦੀ ਇਹਦੀ ਬਿਜਾਈ ਆ, ਅਤੇ ਇਹਦਾ ਜਿਹੜਾ ਅਚਾਰ ਆ ਦੋਸਤੋ 90 ਦਿਨਾਂ 'ਤੇ ਹੀ ਜਾ ਕੇ ਗੱਲਬਾਤ ਬਣਦੀ ਆ। ਅਤੇ 13 ਜੁਲਾਈ ਨੂੰ ਇਹਦਾ ਅਚਾਰ ਪਵੇਗਾ। ਜੇ ਉਸ ਤੋਂ ਪਹਿਲਾਂ ਮੈਂ ਵੀ ਅਚਾਰ ਪਾਲਿਆ ਤਾਂ ਮੇਰਾ ਵੀ ਅਚਾਰ ਖਰਾਬ ਹੋ ਜਾਵੇਗਾ। ਮੈਂ ਵੀ ਧਿਆਨ ਵਿੱਚ ਰੱਖਾਂਗਾ ਇਹਨੂੰ 90 ਦਿਨਾਂ ਤੱਕ ਲੈ ਕੇ ਜਾਵਾਂ। ਇਹ ਥੋੜ੍ਹਾ ਜਿਹਾ ਹਫ਼ਤਾ ਖੰਡ ਵੱਧ ਲੈਂਦੀ ਆ ਮੱਕੀ ਨਾਲੋਂ, ਪਰ ਰਿਜ਼ਲਟ ਜ਼ਿਆਦਾ ਨੇ ਅਤੇ ਇਹਦਾ ਝਾੜ ਵੀ ਨਿਕਾਲ ਵੀ ਜ਼ਿਆਦਾ ਆ ਮੱਕੀ ਨਾਲੋਂ। ਮੱਕੀ ਦਾ ਝਾੜ ਘੱਟ ਹੁੰਦਾ, 250 ਕੁਇੰਟਲ ਤੱਕ ਜਾਂਦੀ ਆ, ਇਹ 300 ਕੁਇੰਟਲ ਤੱਕ ਵੀ ਕਿੱਲੇ ਦੀ ਚਲੀ ਜਾਂਦੀ ਆ। ਅਤੇ ਦੂਸਰਾ ਦੋਸਤੋ ਇਹਦਾ ਫਾਇਦਾ ਇਹ ਆ ਵੀ ਇਹ ਪਾਣੀ ਬਹੁਤ ਘੱਟ ਮੰਗਦੀ ਆ। ਆਪਣੇ ਕੋਲ ਹੁਣ ਮੱਕੀ ਦੀ ਵੀ ਬਿਜਾਈ ਕਰੀ ਹੋਈ ਆ, ਚਰੀ ਦੀ ਵੀ ਬਿਜਾਈ ਕਰੀ ਹੋਈ ਆ, ਦੋਹਾਂ ਦੇ ਜੇ ਕੰਪੈਰੀਜ਼ਨ ਕਰੀਏ ਤਾਂ ਹੁਣ ਤੱਕ ਇਹਨੂੰ 2 ਪਾਣੀ ਘੱਟ ਲੱਗੇ ਨੇ। ਮੱਕੀ ਤਾਂ ਦੁਪਹਿਰੇ 'ਚ ਡਾਮਾਡੋਲ ਹੋ ਜਾਂਦੀ ਆ ਵੀ ਮੈਂ ਨਹੀਂ ਬਚਦੀ, ਮੈਨੂੰ ਤਾਂ ਲਾ ਦੇ ਪਾਣੀ, ਠੀਕ ਹੈ। ਅਤੇ ਪਰ ਇਹ ਘੱਟ ਜਾਂਦੀ ਆ, ਇਹਦੇ ਪੱਤੇ ਪੁੱਤੇ ਨਹੀਂ ਮੁਰਝਾਉਂਦੇ ਹੈਗੇ, ਪੱਤੇ ਸ਼ਾਨਦਾਰ ਐਵੇਂ ਹੀ ਰਹਿੰਦੇ ਨੇ, ਪੱਤੇ ਬਿਲਕੁਲ ਨਹੀਂ ਇਹਦੇ ਕਿਤੇ ਵੀ ਮੁਰਝਾਉਂਦੇ ਹੈਗੇ, ਅਤੇ ਮੱਕੀ ਦੇ ਮੁਰਝਾ ਜਾਂਦੇ ਨੇ। 2 ਫਾਇਦੇ ਦੇਖੋ ਇਹਦੇ ਹੋ ਗਏ, ਯੂਰੀਆ ਘੱਟ ਲੱਗਿਆ, ਪਾਣੀ ਘੱਟ ਲੱਗਿਆ ਆਪਣੇ ਖੇਤ ਦੇ ਵਿੱਚ। ਅਤੇ ਅਗਲਾ ਹੁਣ ਜਿਹੜੀ ਗੱਲ ਕਹਿ ਰਹੇ ਨੇ ਸਾਰੇ ਕਿਸਾਨ ਭਰਾ ਕਹਿ ਰਹੇ ਨੇ, ਹੈ ਨਾ, ਕੰਪਨੀ ਵਾਲੇ ਵੀ ਕਹਿ ਰਹੇ ਨੇ ਵੀ ਇਹਦਾ ਭਾਈ ਐਂਡ ਤੱਕ ਜਿਹੜੇ ਖਰਚੇ ਦੀ ਕੋਸਟ ਆ ਉਹ ਮੱਕੀ ਦੇ ਮੁਕਾਬਲੇ ਘੱਟ ਆਉਣੀ ਆ, ਬਹੁਤ ਜ਼ਿਆਦਾ ਘੱਟ ਆਉਣੀ ਆ। ਮੱਕੀ 'ਤੇ ਤਾਂ ਐਸੀਆਂ ਸਪਰੇਹਾਂ ਹੋ ਰਹੀਆਂ ਨੇ ਹਾਨੀਕਾਰਕ ਸੁੰਡੀਆਂ ਵਾਲੀਆਂ ਵੀ, ਜਿਨ੍ਹਾਂ ਨੂੰ ਸਰਕਾਰ ਵੱਲੋਂ ਬੈਨ ਕੀਤਾ ਹੋਇਆ, ਮੋਨੋ ਵਰਗੀਆਂ ਸਪਰੇਹਾਂ ਕਿਸਾਨ ਭਰਾ ਮੱਕੀ 'ਤੇ ਕਰੀ ਜਾ ਰਹੇ ਨੇ। ਅਤੇ ਦੋਸਤੋ ਉਨੀਆਂ ਖਤਰਨਾਕ ਸਪਰੇਹਾਂ ਨਾ ਕਰਿਆ ਕਰੋ, ਕਿਉਂਕਿ ਸਹਿਲਜ ਵਾਲੀ ਮੱਕੀ ਆ, ਆਪਣੇ ਪਸ਼ੂਆਂ ਨੇ ਖਾਣੀ ਆ, ਆਪਣੇ ਪਸ਼ੂਆਂ ਤੋਂ ਬਾਅਦ ਆਪਾਂ ਨੇ ਦੁੱਧ ਪੀਣਾ, ਜ਼ਿਆਦਾ ਹਾਨੀਕਾਰਕ ਸਪਰੇਹਾਂ ਨਾ ਕਰੀਆਂ। ਚਲੋ ਸਪਰੇਹਾਂ ਤਾਂ ਸਾਰੀਆਂ ਹਾਨੀਕਾਰਕ ਨੇ, ਮੈਂ ਇੱਦਾਂ ਨਹੀਂ ਕਹਾਂਗਾ ਵੀ ਜਿਹੜੀਆਂ ਮੈਂ ਕੀਤੀਆਂ ਨੇ ਉਹ ਮਿੱਠੀਆਂ ਹੋਣਗੀਆਂ, ਹੈਗੀਆਂ ਤਾਂ ਉਹ ਵੀ ਕੌੜੀਆਂ ਹੀ ਨੇ, ਪਰ ਜ਼ਿਆਦਾ ਹਾਨੀਕਾਰਕ ਨਾ ਕਰੀਏ ਜਾਣ, ਇਹ ਗੱਲ ਦਾ ਦੋਸਤੋ ਧਿਆਨ ਰੱਖਿਆ ਕਰੋ ਹਮੇਸ਼ਾ। ਅਤੇ ਬਾਕੀ ਜਿਹੜੀ ਗੱਲ ਰਹੀ ਚਰੀ ਦੀ, ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਕਲੀਅਰ ਦੱਸ ਦੇਵਾਂਗੇ, ਫਾਇਦੇ ਨੁਕਸਾਨ ਕਿਹੜੇ ਹੁੰਦੇ ਨੇ ਅਤੇ ਉਹ ਵੀ ਦੱਸ ਦੇਵਾਂਗੇ। ਅਤੇ ਕਿਤੇ ਨਾ ਕਿਤੇ ਹਾਲੇ ਹੈਗੀ ਆ ਸੁੰਡੀ, ਮੈਂ ਤੁਹਾਨੂੰ ਕਹਿ ਕਹਿੰਦਾ ਸੀ ਨਾ, ਆਹ ਦੇਖੋ ਇੱਥੇ ਆਹ ਰਹਿ ਗਿਆ ਹੋਵੇਗਾ, ਫਾਂਟ ਰਹਿ ਗਈ ਹੋਵੇਗੀ, ਇਹ ਫਾਂਟ ਦੇ ਵਿੱਚ ਜਿਵੇਂ 3 ਟਾਂਡੇ ਲਵੇ ਲਵੀ ਨੇ, ਇਹਨਾਂ 'ਚ ਹੈਗੀ ਆ, ਇਹਨਾਂ 'ਚ ਭਾਈ ਹੈਗੀ ਆ। ਅਤੇ ਹੁਣ ਆਪਾਂ ਅੱਜ ਕੱਲ੍ਹ ਸਪਰੇਅ ਕਰ ਦੇਣੀ ਆ, ਅਤੇ ਬਾਹਲਾ ਘਬਰਾਈ ਦਾ ਨਹੀਂ ਹੁੰਦਾ, ਕਈ ਕਿਸਾਨ ਭਰਾ ਇੱਦਾਂ ਦਾ ਹਾਲਤ ਦੇਖ ਕੇ ਘਬਰਾ ਜਾਂਦੇ ਨੇ ਵੀ ਗਈ ਚਰੀ ਤਾਂ ਮੱਕੀ ਤਾਂ ਗਈ ਸਾਡੀ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਜੇ 1-2 ਦਿਨ ਲੇਟ ਹੋ ਜਾਵਾਂਗੇ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ, ਸਾਰੇ 5 ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਖੇਤ ਦੇ ਵਿੱਚ ਕਿਤੇ ਨਾ ਕਿਤੇ ਰਹਿ ਸਕਦਾ ਇਹੋ ਜਿਹਾ, ਪਹਿਲਾਂ ਵਾਲੀ ਸਪਰੇਅ ਦਾ ਫਰਾਟਾ ਨਹੀਂ ਵੱਜਦਾ ਹੈਗਾ, ਰਹਿ ਜਾਂਦਾ ਹੁੰਦਾ ਕਿਤੇ ਨਾ ਕਿਤੇ। ਅਤੇ ਹੁਣ ਆਪਾਂ ਡੈਲੀਗੇਟ ਕਰ ਦੇਣੀ ਆ, ਡੈਲੀਗੇਟ ਸਪਰੇਅ ਦੇ ਨਾਲੇ ਸਾਰਾ ਕੁਛ ਕਲੀਅਰ ਹੋ ਜਾਣਾ। ਅਤੇ ਅੱਜ ਡੈਲੀਗੇਟ ਕਰਕੇ ਇਹਦੀ ਲਾਈਫ ਟਾਈਮ ਤੱਕ, ਚਰੀ ਦੀ ਲਾਈਫ ਟਾਈਮ ਭਾਵ ਕਿ ਇਹਨੇ ਤਕਰੀਬਨ 45-50 ਦਿਨ ਵਾਲੇ ਖੇਤ ਵਿੱਚ ਹੋਰ ਖੜ੍ਹਨਾ ਆ,
ਪੰਤਾਲੀ ਪੰਜਾਹ ਦਿਨਾਂ ਤੱਕ ਡੈਲੀਗੇਟ ਤੋਂ ਬਾਅਦ ਇਹਨੂੰ ਹੋਰ ਕਾਸੇ ਸਪਰੇਅ ਦੀ ਲੋੜ ਨਹੀਂ ਹੈਗੀ। ਹੁਣ ਜਿਹੜੀ 33-34 ਦਿਨਾਂ ਦੇ ਆਪਾਂ ਸਪਰੇਅ ਕਰ ਰਹੇ ਹਾਂ ਡੈਲੀਗੇਟ ਪਲੱਸ ਐੱਨ ਪੀ ਕੇ ਕਰ ਰਹੇ ਹਾਂ 5-55-17 ਅਤੇ 1 ਨੈਨੋ ਯੂਰੀਏ ਦੀ ਸ਼ੀਸ਼ੀ ਪਾ ਰਹੇ ਹਾਂ 500 ml ਵਾਲੀ। ਤਿੰਨ ਚੀਜ਼ਾਂ ਮਿਲਾ ਕੇ ਕਰ ਰਹੇ ਹਾਂ ਅਤੇ ਉਹਦੇ ਨਾਲ ਬਹੁਤ ਸੋਹਣੇ ਰਿਜ਼ਲਟ ਮਿਲਦੇ ਨੇ, ਆਪਾਂ ਪਹਿਲਾਂ ਤੋਂ ਵੀ ਕਰਦੇ ਆ ਰਹੇ ਹਾਂ। ਅਤੇ ਇਸ ਤੋਂ ਬਾਅਦ ਇਹਨੂੰ ਕੋਈ ਹੋਰ ਯੂਰੀਆ ਵਗੈਰਾ ਦੀ ਕੋਈ ਲੋੜ ਨਹੀਂ। ਕਰੀ ਨੇ ਜਦੋਂ ਕੱਦ ਕਰ ਜਾਣਾ ਜਾਂ ਆਪਣੀ ਮੱਕੀ ਨੇ ਵੀ ਕੱਦ ਕਰ ਜਾਣਾ ਵੀ ਹੁਣ ਇਹਦੇ ਵਿੱਚ ਵੜਨਾ ਨਹੀਂ ਜਾਣਾ, ਫਿਰ ਆਪਾਂ ਇੱਕ ਯੂਰੀਏ ਅਤੇ ਡੀ ਏ ਪੀ ਦੀ ਘੋਲ ਕੇ ਸਪਰੇਅ ਕਰ ਦਾਂਗੇ। ਯੂਰੀਆ ਪਾਉਣਾ ਆਪਾਂ 2 ਕਿਲੋ, ਡੀ ਏ ਪੀ ਵੀ ਫਿਰ ਆਪਾਂ 2 ਕਿਲੋ ਤੱਕ ਲੈ ਜਾਵਾਂਗੇ। ਪਹਿਲੀ ਡੋਜ਼ ਆਪਾਂ ਬਹੁਤ ਘਟਾ ਕੇ ਕਰਨੀ ਹੁੰਦੀ ਆ ਕਿਉਂਕਿ ਬੂਟੇ ਦੀ ਹਾਈਟ ਦੇ ਨਾਲ ਕਰਨੀ ਹੁੰਦੀ ਆ। ਜਦੋਂ ਤੁਹਾਡਾ ਬੂਟਾ ਲੱਕ ਲੱਕ ਤੱਕ ਹੋ ਗਿਆ ਫਿਰ ਤੁਸੀਂ ਡੀ ਏ ਪੀ 2 ਕਿਲੋ ਤੱਕ ਪਾ ਸਕਦੇ ਹੋ। ਡੀ ਏ ਪੀ ਅਤੇ ਯੂਰੀਆ ਰਾਤ ਨੂੰ ਭਿਉਂ ਕੇ ਰੱਖ ਦਿਉ, ਸਵੇਰੇ ਸਪਰੇਅ ਕਰ ਦਿਉ। ਅਤੇ ਇੱਕ ਵੀਰ ਮੈਨੂੰ ਕਹਿ ਰਿਹਾ ਸੀ ਵੀ ਯੂਰੀਆ ਮੌਕੇ 'ਤੇ ਘੋਲਿਆ ਜਾਵੇ ਰਾਤ ਨੂੰ ਉਹਦਾ ਅਸਰ ਉੱਡ ਜਾਂਦਾ ਜੀ। ਅਤੇ ਦੋਸਤੋ ਇੰਨੇ ਵਹਿਮਾਂ ਵਿੱਚ ਨਹੀਂ ਪਈਦਾ ਹੁੰਦਾ, ਪਰ ਪਾਣੀ ਵਿੱਚੋਂ ਨਹੀਂ ਦੋਸਤੋ ਕਦੇ ਵੀ ਅਸਰ ਉੱਡਦਾ ਹੁੰਦਾ। ਜੇ ਤੁਸੀਂ ਬਾਲਟੀ ਦੇ ਵਿੱਚ ਭਿਉਂ ਕੇ ਰੱਖਿਆ ਹੋਇਆ ਯੂਰੀਆ ਤੁਹਾਡਾ ਰਾਤ ਭਰ ਦਾ ਭਿਉਂ ਕੇ ਰੱਖਿਆ ਹੋਇਆ, ਐਂ ਨਹੀਂ ਉਹਦਾ ਅਸਰ ਉੱਡਦਾ ਹੈਗਾ ਵੀ ਉਹ ਨਿਕਲ ਜੂਗਾ। ਤੁਸੀਂ ਆਪਣੇ ਘਰ ਰੱਖ ਰਹੇ ਹੋ ਅਤੇ ਕੋਈ ਗੱਲ ਨਹੀਂ, ਹੁਣ ਚਾਹੇ ਯੂਰੀਆ ਰਾਤ ਭਰ ਭਿਉਂ ਕੇ ਰੱਖ ਲਓ, ਸਵੇਰੇ ਸਪਰੇਅ ਕਰ ਦਿਉ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਇਹ ਵਹਿਮ ਹੁੰਦੇ ਨੇ ਕਈਆਂ ਦੇ ਵੀ ਹਾਂ ਇਹਦਾ ਉੱਡਜੂ, ਐਂ ਉੱਡਜੂ, ਇੰਨੇ ਵਹਿਮਾਂ ਵਿੱਚ ਨਾ ਪਿਆ ਕਰੋ। ਜੋ ਗੱਲ ਮੈਂ ਤੁਹਾਨੂੰ ਦੱਸਦਾ ਹੁੰਦਾ ਮੈਂ ਆਪਣੇ ਪ੍ਰੈਕਟੀਕਲਾਂ ਦੇ ਆਧਾਰ 'ਤੇ ਦੱਸਦਾ, ਕੋਈ ਥਿਊਰੀਆਂ ਨਹੀਂ ਦੱਸਦਾ, ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਦੱਸਦਾ ਹੈਗਾ, ਕਿਉਂਕਿ ਮੇਰਾ ਯੂਟਿਊਬ 'ਤੇ ਤੁਸੀਂ ਮੇਰੇ ਨਾਲ ਜੁੜੇ ਹੋ, ਮੇਰਾ ਸਹੀ ਜਾਣਕਾਰੀ ਦੇਣਾ ਫਰਜ਼ ਆ ਅਤੇ ਮੈਂ ਸਹੀ ਜਾਣਕਾਰੀ ਹੀ ਦੇਵਾਂਗਾ। ਮੈਨੂੰ ਗਲਤ ਜਾਣਕਾਰੀ ਦੇਣ ਦੇ ਲਈ ਬਹੁਤ ਮੈਸੇਜ ਆਉਂਦੇ ਨੇ, ਪੇਡ ਪ੍ਰਮੋਸ਼ਨਾਂ ਬਹੁਤ ਆਉਂਦੀਆਂ ਨੇ ਵੀ ਬਾਈ ਜੀ ਇੰਨੇ ਪੈਸੇ ਚੱਕੋ ਸਾਡੀ ਚੀਜ਼ ਦੀ ਪ੍ਰਮੋਸ਼ਨ ਕਰ ਦਿਉ। ਆਪਾਂ ਉਹ ਚੀਜ਼ਾਂ ਵੱਲ ਜਾਂਦੀ ਨਹੀਂ ਹੈਗੇ, ਆਪਣੇ ਪੇਜ 'ਤੇ ਜੋ ਕੁਝ ਵੀ ਹੁੰਦਾ ਆ ਸੱਚ ਹੁੰਦਾ ਆ। ਆਪਾਂ ਐਵੇਂ ਪੈਸੇ ਦੀ ਦੌੜ 'ਚ ਨਹੀਂ ਹੈਗੇ, ਆਪਾਂ ਨਾਮ ਕਮਾਉਣ ਦੀ ਦੌੜ 'ਚ ਲੱਗੇ ਹੋਏ ਹਾਂ। ਤੁਸੀਂ ਆਪਣੇ ਨਾਲ ਹੋ, ਆਪਣੀ ਵੀਡੀਓ ਵਧੀਆ ਲੱਗਦੀ ਆ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਜੇ ਵਧੀਆ ਲੱਗੇ ਤਾਂ ਹੀ ਕਰਿਆ ਕਰੋ, ਜੇ ਕੋਈ ਕਮੀ ਪੇਸ਼ੀ ਹੁੰਦੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ। ਅਤੇ ਕਿਸੇ ਵੀ ਵੀਰ ਨੂੰ ਚਰੀ ਸੰਬੰਧੀ ਕੋਈ ਵੀ ਸਮੱਸਿਆ ਆ ਰਹੀ ਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਅਤੇ ਆਪਾਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਕਰਦੇ ਰਹਾਂਗੇ ਜੀ। ਅਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਝੱਜ ਐਗਰੀਕਲਚਰ ਚੈਨਲ ਨੂੰ, ਮੱਕੀ ਸੰਬੰਧੀ, ਚਰੀ ਸੰਬੰਧੀ, ਹੋਰ ਫਸਲਾਂ ਸੰਬੰਧੀ ਸਾਰੀਆਂ ਜਾਣਕਾਰੀਆਂ ਤੁਹਾਨੂੰ ਆਪਣੇ ਪੇਜ 'ਤੇ